ਤੇ ਤੁਸੀਂ ਇਹ ਨਾ ਸੋਚੋ ਕਿ ਮੁੱਖ ਮੰਤਰੀ ਬਣ ਕੇ ਬਸ ਸੌਖਾ ਜਿਹਾ ਕੰਮ ਹੋ ਜਾਂਦਾ ਮੁੱਖ ਮੰਤਰੀ ਬਣ ਕੇ ਜ਼ਿਆਦਾ ਕੰਮ ਕਰਨਾ ਪੈਂਦਾ ਕਿ 6-7 ਵਜੇ ਉੱਠ ਕੇ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਨੇ ਬਹੁਤ ਸਾਰੇ ਡਿਪਾਰਟਮੈਂਟਸ ਨੂੰ ਪਰਮਿਸ਼ਨਾਂ ਦੇਣੀਆਂ ਨੇ ਕਿਸੇ ਦੀ ਪਰਮਿਸ਼ਨ ਕੱਟਣੀ ਹੈ ਕਿਸੇ ਦਾ ਕੋਈ ਕੰਮ ਹੈ ਕਿਸੇ ਦਾ ਕੋਈ ਕੰਮ ਹੈ 10 ਵਜੇ ਤੱਕ 9 ਵਜੇ ਤੱਕ ਕੋਈ ਸਟੇਟ ਦੇ ਵਿੱਚ ਕੋਈ ਝਗੜਾ ਹੋ ਗਿਆ ਉਹਦੇ 'ਤੇ ਇਮੀਡੀਏਟਲੀ ਐਕਸ਼ਨ ਲੈਣਾ ਹੈ ਟਫ ਜੋਬ ਹੈ ਪਰ ਕਰਨੀ ਚਾਹੇ ਕਰਦੇ ਹਾਂ ਇਹ ਮੁੱਖ ਮੰਤਰੀ ਜਾਂ ਮੰਤਰੀ ਜਾਂ ਐਮ ਐਲ ਏ ਹੀ ਹੈ ਜਿਹੜੇ ਕਹਿੰਦੇ ਬਦਲੀ ਨਾ ਹੋ ਜਾਵੇ ਬਦਲਾ ਇਹੀ ਰਹੀਏ ਪੁੱਛ ਕੇ ਦੇਖੋ ਕਿਸੇ ਨੂੰ ਵੀ ਤੇਰੀ ਮੁੱਖ ਮੰਤਰੀ ਤੋਂ ਬਦਲੀ ਕਰਦੀ ਉਹ ਕਹਿੰਦਾ ਨਾ ਨਾ ਜੀ ਨਾ 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 ਜਾਂ ਤੇਰੀ ਮੰਤਰੀ ਤੋਂ ਬਦਲੀ ਕਰਦੀ ਉਹ ਨਾ ਜੀ ਨਾ ਮੈਨੂੰ ਇੱਥੇ ਰੱਖੋ ਜੀ ਸੋ ਜਿੱਥੇ ਡਿਊਟੀ ਲੱਗੀ ਹੈ ਕੁਦਰਤ ਨੇ ਡਿਊਟੀ ਲਾਈ ਹੈ ਤਾਂ ਉਹਨੂੰ ਇੱਕ ਨਿਯਮਤ ਸਮਝੋ ਕਿ ਮੇਰੀ ਡਿਊਟੀ ਰੱਬ ਨੇ ਕੋਈ ਸੋਚ ਸਮਝ ਕੇ ਲਾਈ ਹੈ